ਸਾਬਕਾ ਪ੍ਰੈਜ਼ੀਡੈਂਟ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਉਹਨਾਂ ਦੇ ਨਾਲ ਬੈਠੇ ਨੇ ਸਰਦਾਰ ਹਰਵਿੰਦਰ ਸਿੰਘ ਸਰਨਾ ਸਾਹਿਬ। ਆਪ ਵੀ ਇਸ ਵਕਤ ਦਿੱਲੀ ਸ਼੍ਰੋਮਣੀ ਦਿੱਲੀ ਅਕਾਲੀ ਦਲ ਦੇ ਜਨਰਲ ਸਕੱਤਰ ਵੀ ਹੋ ਔਰ ਸਾਬਕਾ ਪ੍ਰੈਜ਼ੀਡੈਂਟ ਵੀ ਹੋ। ਸਰਨਾ ਸਾਹਿਬ, ਤੁਹਾਡੇ ਨਾਲ ਵੀ ਮੈਂ ਥੋੜ੍ਹੀ ਜਿਹੀ ਗੱਲਬਾਤ ਕਰਾਂ। ਪਰਮਜੀਤ ਹੋਣਾ ਨੇ ਬੜੀਆਂ ਅੱਛੀਆਂ ਗੱਲਾਂ ਕੀਤੀਆਂ, ਕੁਝ ਪ੍ਰਸ਼ਨ ਮੇਰੇ ਅਜੇ ਹੋਰ ਨੇ ਜਿਹੜੇ ਕਿ ਮੈਂ ਪਰਮਜੀਤ ਹੋਣਾ ਕੋਲ ਕਰਨੇ ਨੇ, ਪਰ ਇਸ ਤੋਂ ਪਹਿਲਾਂ ਮੈਂ ਤੁਹਾਡੇ ਵੱਲ ਆਉਣਾ। ਐਸਾ ਸਰਨਾ ਸਾਹਿਬ ਕਿਹਾ ਜਾਂਦਾ ਕਿ ਇਸ ਵਾਰੀ ਦੀਆਂ ਦਿੱਲੀ ਦੀਆਂ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਜਿਸ ਸਰਨਾ ਸਾਹਿਬ ਨੇ ਕਿਹਾ ਕਿ ਹੇਰਾਫੇਰੀ ਹੋਈ ਹੈ, ਚਲੋ, ਲੇਕਿਨ ਇਸ ਇੰਨੀ ਹੇਰਾਫੇਰੀ ਦੇ ਬਾਵਜੂਦ ਵੀ ਜਿਹੜਾ ਪੈਸਾ ਹੈ, ਜਿਹੜਾ ਫਿਗਰ ਤੁਸੀਂ ਮੈਨੂੰ ਦੱਸੋਗੇ ਕਿ ਕਿੰਨਾ ਕੁ ਫਿਗਰ ਐਸਾ ਜਿਹੜਾ ਤੁਸੀਂ ਸਮਝਦੇ ਹੋ ਕਿ ਇਹਨਾਂ ਵੱਲੋਂ ਦਿੱਲੀ ਦੀਆਂ ਪ੍ਰਬੰਧਕ ਕਮੇਟੀਆਂ ਲਈ ਲਗਾਇਆ ਗਿਆ, ਔਰ ਕੀ ਓਨਾ ਕੁ ਪੈਸਾ ਤੁਹਾਡੇ ਵੱਲ ਵੀ ਲੱਗਾ ਹੈ? ਜਾਂ ਕਿਉਂਕਿ ਆਫਟਰਆਲ ਇੱਕ ਪਾਸੇ ਹੇਰਾਫੇਰੀ ਹੋਈ ਹੈ, ਦੂਸਰੇ ਪਾਸੇ ਪੈਸਾ ਲੱਗਾ, ਦੋਨਾਂ ਪਾਸਿਆਂ ਤੋਂ ਉਹ ਹਾਵੀ ਹੋ ਗਏ, ਉਸ ਇੱਕ ਕਿਸਮ ਦਾ ਪੈਸੇ ਦਾ ਇਸਤੇਮਾਲ ਔਰ ਇੱਕ ਬੇਈਮਾਨੀ ਦਾ ਇਸਤੇਮਾਲ ਜਿਹੜਾ ਕਿ ਹਾਰ ਦਾ ਵੀ ਕਾਰਨ ਬਣਿਆ, ਕੀ ਘਾਟ ਸੀ ਕਿ ਤੁਸੀਂ ਪੈਸਾ ਤੁਸੀਂ ਵੀ ਲਗਾ ਸਕਦੇ ਸੀਗੇ, ਸਰਮਾਏਦਾਰ ਹੋ, ਕੀ ਤੁਸੀਂ ਪੈਸਾ ਲਗਾਉਣਾ ਜਾਇਜ਼ ਨਹੀਂ ਸਮਝਿਆ, ਜਾਂ ਤੁਸੀਂ ਕੀ ਕਾਰਨ ਬਣਿਆ ਕਿ ਤੁਸੀਂ ਘਾਟ ਨਹੀਂ ਕਰ ਸਕੇ? ਇਸ ਗੱਲ ਨੂੰ ਮੈਂ ਇਹ ਪ੍ਰਸ਼ਨ ਕਰਨਾ ਚਾਹੁੰਦਾ ਤੁਹਾਡੇ ਕੋਲ। ਦੇਖੋ ਜੀ, ਇੱਕ ਤਾਂ ਮੈਂ ਤੁਹਾਨੂੰ ਕਰੈਕਟ ਕਰਦਾ, ਅਸੀਂ ਸਰਮਾਏਦਾਰ ਨਹੀਂ, ਅਸੀਂ ਕਬੀਲਦਾਰ ਹਾਂ। ਠੀਕ ਹੈ ਸਰ, ਕਬੀਲਦਾਰ ਹਾਂ, ਠੀਕ ਹੈ, ਆਪਣਾ ਰੁਜ਼ਗਾਰ ਦੇ ਵਿੱਚ ਆਪਣਾ ਆਪ ਕੰਮ ਕਰੀਦਾ। ਹੁਣ ਸਵਾਲ ਹੈ, ਅੱਜ ਸਾਰੀ ਦੁਨੀਆਂ ਦੇ ਵਿੱਚ ਪਤਾ ਹੈ ਵੀ ਪੰਜਾਬ ਇੱਕ ਡਰੱਗ ਸਟੇਟ ਹੈਗੀ, ਠੀਕ ਹੈ, ਔਰ ਉੱਥੇ ਡਰੱਗ ਮਨੀ ਆਈ ਹੋਈ ਹੈ, ਠੀਕ ਹੈ। ਇਹ ਡਰੱਗ ਮਨੀ ਇਹ ਤਾਂ ਨਹੀਂ ਵੀ ਲੋਕਾਂ ਕੋਲ ਚਲੀ ਗਈ ਹੈ, ਠੀਕ ਹੈ, ਇਹ ਜੇ ਡਰੱਗ ਮਨੀ ਹੈਗੀ ਇਹ ਹੁਕਮਰਾਨਾਂ ਕੋਲ ਹੀ ਜਾਏਗੀ। ਬਿਲਕੁਲ, ਠੀਕ ਹੈ। ਹੁਣ ਇਹ ਹੁਕਮਰਾਨ ਜਿਹੜੇ ਨੇ ਉਹ ਇਲੈਕਸ਼ਨਾਂ ਲੜਨ ਆ ਰਹੇ ਨੇ ਜੀ, ਆਪਣੇ ਕੋਲ ਪੁਖਤਾ ਸਬੂਤ ਹਨ, ਇੱਕ ਇੱਕ ਵੋਟ ਦੇ ਇਹਨਾਂ ਨੇ 50-50 ਹਜ਼ਾਰ ਰੁਪਏ ਦੀ ਸ਼ਰਾਬ ਜਿਹੜੀ ਹੈ ਉਹਨਾਂ ਘਰਾਂ ਦੇ ਵਿੱਚ ਜਾ ਕੇ ਵੰਡੀ ਹੈ। ਕਿਸ ਸ਼ੇਪ ਦੇ ਵਿੱਚ ਤੁਹਾਡੇ ਕੋਲ ਸਬੂਤ? ਮੇਰੇ ਕੋਲ ਬੰਦੇ ਮੌਜੂਦ ਹਨ ਜਿਨ੍ਹਾਂ ਨੇ, ਉਹ ਤਾਂ ਗਵਾਹ ਹੋ ਸਕਦੇ ਨੇ, ਕਿਉਂਕਿ ਜੇ ਤੁਹਾਡੇ ਕੋਲ ਸਬੂਤ ਹੋਣ ਤਾਂ ਤੁਸੀਂ ਇਹ ਸਬੂਤ ਨੂੰ ਫੋਟੋ ਲੈ ਕੇ ਥੋੜੀ ਖਿੱਚਣੀ ਹੈ ਸਰ। ਸਰ, ਸਬੂਤ ਮੈਂ ਤੁਹਾਨੂੰ ਇਹ ਦੱਸ ਰਿਹਾ, ਇਸ ਇਹਨਾਂ ਇਲੈਕਸ਼ਨਾਂ ਦੇ ਵਿੱਚ ਕੋਈ ਛੋਟੀ ਮੋਟੀ ਰਕਮ ਨੇ, 250-300 ਕਰੋੜ ਰੁਪਇਆ ਉਹਨਾਂ ਨੇ ਫੂਕ ਦਿੱਤਾ ਜੀ। ਔਰ ਜਿਵੇਂ ਪੰਜਾਬ ਦੇ ਵਿੱਚ MP ਦੀ ਜਾਂ MLA ਦੀ ਇਲੈਕਸ਼ਨ ਲੜਦੇ ਹਨ, ਉਵੇਂ ਉਹਨਾਂ ਨੇ ਦਿੱਲੀ ਦੀ ਇਲੈਕਸ਼ਨ ਲੜੀ ਹੈ, ਜਿਹੜੀ ਕਿ ਇਸ ਤੋਂ ਪਹਿਲਾਂ ਕਦੀ ਇਹੋ ਜਿਹੀ ਇਲੈਕਸ਼ਨ ਜਿਹੜੀ ਹੈ ਨਹੀਂ ਸੀ ਲੜੀ ਗਈ। ਕਦੀ ਇਹ ਜਿਹਾ ਹਨੇਰ ਕਦੀ ਨਹੀਂ ਸੀ ਮਚਿਆ, ਜਿਸ ਬੰਦੇ ਨੂੰ ਘਰ ਦਾ 3 ਮਹੀਨੇ ਦਾ ਕਿਰਾਇਆ ਨਹੀਂ ਦਿੰਦਾ ਔਰ ਇਲੈਕਸ਼ਨ ਲੜ ਰਿਹਾ, ਉਹ ਇੱਕ ਇੱਕ ਰਾਤ ਦੇ ਵਿੱਚ 1 ਕਰੋੜ ਰੁਪਇਆ ਵੰਡ ਰਿਹਾ ਇਲੈਕਸ਼ਨ ਦੇ ਵਿੱਚ। ਇਹ ਮਨੀ ਜਿਹੜੀ ਹੈਗੀ ਇਹ ਕਮਾ ਕੇ ਤੇ ਇਤਨੇ ਪੈਸੇ ਨਹੀਂ ਵੰਡੇ ਜਾ ਸਕਦੇ, ਠੀਕ ਹੈ। ਤੇ ਡਰੱਗ ਮਨੀ ਜਿਹੜੀ ਹੈ ਉਹ ਇਸਤੇਮਾਲ ਹੋਈ ਹੈ ਗੁਰਦੁਆਰਾ ਕਮੇਟੀ ਦੇ ਵਿੱਚ, ਔਰ ਇਹ ਇਸਦਾ ਇੱਕੋ ਇੱਕ ਘਾਟ ਹੈਗੀ ਬਈ ਸਿੱਖਾਂ ਨੇ ਜੇ ਆਪਣੇ ਆਪ ਨੂੰ ਨਾ ਸੰਭਾਲਿਆ ਔਰ ਇਸ ਚੀਜ਼ ਨੂੰ ਖਤਮ ਨਾ ਕੀਤਾ, ਔਰ ਉਹਦਾ ਇੱਕੋ ਹੀ ਕਾਰਨ ਹੈਗਾ ਵੀ ਸਰਕਾਰ ਜਿਹੜੀ ਹੈਗੀ ਉਹ ਵੋਟਰ ID ਕਾਰਡ ਬਣਾਏਗੀ, ਵੋਟਾਂ ਛੱਪਣਗੀਆਂ, ਪੂਰਨ ਗੁਰਸਿੱਖਾਂ ਦੀਆਂ ਵੋਟਾਂ ਪੈਣਗੀਆਂ, ਇਹ ਜਿਹੜੀ ਹੈ ਪੈਸਾ ਹਰ ਵਕਤ ਹਰ ਜਗ੍ਹਾ ਤੇ ਪੈਸਾ ਕੰਮ ਨਹੀਂ ਆਇਆ। ਤੁਸੀਂ ਸਬੂਤ ਦੀ ਗੱਲ ਕੀਤੀ, ਮੈਂ ਚਲੋ ਇਹ ਨਹੀਂ ਪੁੱਛਦਾ, ਤੁਸੀਂ ਕਿਹਾ ਗਵਾਹ ਵੀ ਹੈ ਸਬੂਤ ਵੀ ਹੈ, ਇਸ ਬੇਸ ਨੂੰ ਇਸ ਆਧਾਰ ਨੂੰ ਕਿ ਤੁਸੀਂ ਬੇਸ ਬਣਾ ਕੇ ਕਿਤੇ ਅੱਗੇ ਸ਼ਿਕਾਇਤ ਕੀਤੀ ਕੋਈ ਐਸੀ ਸਰਕਾਰ ਦੇ ਵਿੱਚ ਕਿਤੇ ਤੁਸੀਂ ਕੋਰਟ ਦਾ ਦਰਵਾਜ਼ਾ? ਸ਼ਿਕਾਇਤ ਦਾ ਕੋਈ ਫਾਇਦਾ ਨਹੀਂ ਹੁੰਦਾ ਇਹਨਾਂ ਗੱਲਾਂ ਦਾ, ਉਹ ਐਵੇਂ ਲਟਕਦੀਆਂ ਰਹਿੰਦੀਆਂ ਚੀਜ਼ਾਂ, ਆਧਾਰ ਨਹੀਂ ਹੁੰਦਾ ਔਰ ਲਟਕਦੀਆਂ ਲਟਕਦੀਆਂ 5 ਸਾਲ ਕਿਸੇ ਕਦੀ ਦੇਖਿਆ ਨਾ ਕਦੀ ਪਟੀਸ਼ਨਾਂ ਫੈਸਲਾ ਹੋ ਜਾਣ, ਅਗਲੀ ਤੋਂ ਛੋੜ ਕੇ ਅਗਲੀ ਇਲੈਕਸ਼ਨ ਆ ਜਾਂਦੀ ਤਾਂ ਆਮਨੀ ਪਟੀਸ਼ਨਾਂ ਦੇ ਫੈਸਲੇ, ਪਰ ਘੱਟੋ ਘੱਟ ਸਰਨਾ ਸਾਹਿਬ ਲੋਕਾਂ ਦੇ ਅੱਗੇ ਤਾਂ ਜਾਂਦੀ, ਲੋਕਾਂ ਨੂੰ ਤਾਂ ਪਤਾ ਜਿਨ੍ਹਾਂ ਨੇ ਲੈਣ ਸਾਰਿਆਂ ਨੇ ਪਤਾ ਹੈ ਵੀ ਉਹਨਾਂ ਪੈਸੇ ਵੰਡੇ ਗਏ। ਸਰਨਾ ਸਾਹਿਬ ਐਸਾ ਵੀ ਕਿਹਾ ਜਾਂਦਾ ਕਿ 40-50% ਲੋਕ ਜਿਹੜੇ ਸਿੱਖ ਸਨ, ਜਿਹੜੇ ਅੱਛੇ ਸਿੱਖ ਸਨ, ਗੁਰਸਿੱਖ ਸਨ, ਤੁਸੀਂ ਕਿਉਂਕਿ ਕਿਹਾ ਕਿ ਹੁਣ ਗੁਰਸਿੱਖਾਂ ਦੀ ਵੋਟਾਂ ਬਣਨਗੀਆਂ, ਉਹ ਘਰਾਂ ਚੋਂ ਬਾਹਰ ਹੀ ਨਹੀਂ ਨਿਕਲੇ, ਤੁਸੀਂ ਐਸਾ ਮੰਨਦੇ ਹੋ? ਦੇਖੋ, ਘਰੋਂ ਨਿਕਲੇ ਵੀ ਇੱਕ ਗੱਲ ਮੈਂ ਤਾਂ ਅੱਜ ਤੁਹਾਨੂੰ ਕਰੈਕਟ ਕਰਦਿਆਂ ਜੀ, 39 ਸੀਟਾਂ ਦੇ ਉੱਪਰ ਸਾਡਾ ਜਿਹੜਾ ਡਿਫਰੈਂਸ ਹੈਗਾ ਟੋਟਲ ਉਹ 3.5-4 ਹਜ਼ਾਰ ਵੋਟਾਂ ਦਾ ਹੈਗਾ ਟੋਟਲ, ਇੰਨੀ ਕਿ ਬੇਈਮਾਨੀ ਕਰਨ ਤੋਂ ਬਾਵਜੂਦ ਬਾਅਦ ਵੀ, ਠੀਕ, ਇਹਦਾ ਮਤਲਬ ਹੈਗਾ ਬਈ ਜਨ ਆਧਾਰ ਉਹਨਾਂ ਦੇ ਪੱਲੇ ਨਹੀਂ ਹੈਗਾ। ਇਹ ਤਾਂ ਹੁਣ ਇਤਨੇ ਸਾਧ ਸੰਤ ਇਹਨਾਂ ਨੇ ਰੱਸੀਆਂ ਨਾਲ ਬੰਨ ਕੇ ਤੇ ਲਿਆਏ, ਉਹਨਾਂ ਦੇ ਮੂੰਹ ਤੋਂ ਜ਼ਬਰਦਸਤੀ ਪਿੱਛੇ ਝੂਠ ਕਪਟ ਬੁਲਵਾਏ, ਜਥੇਦਾਰਾਂ ਨੂੰ ਵੀ ਸੰਘੇ ਜਨੂੰ ਦੇ ਕੇ ਦਿੱਲੀ ਖੜਾ ਕਰ ਦਿੱਤਾ, ਵਰਨਾ ਜਥੇਦਾਰ ਦਾ ਕੀ ਕੰਮ ਦੇ, ਉਹ ਆ ਕੇ ਕਹੇ ਜੀ ਬਾਦਲ ਦਲ ਨੂੰ ਵੋਟ ਪਾਓ, ਜਥੇਦਾਰ ਦਾ। ਸਰ ਸਾਹਿਬ ਬਿਲਕੁਲ ਠੀਕ ਹੈ, ਪਰ ਇੱਥੇ ਮੈਂ ਇੱਕ ਗੱਲ ਪ੍ਰਸ਼ਨ ਪੁੱਛਣਾ ਚਾਹੁੰਦਾ ਕਿ ਜ਼ਾਹਿਰ ਤੌਰ ਉੱਪਰ ਜਿਹੜਾ ਸਿੱਖ ਵੋਟਰ ਹੈ ਅਲਟੀਮੇਟਲੀ ਹੈ ਤਾਂ ਸਿੱਖ ਹੀ ਹੈ, ਥੋੜੀ ਬਹੁਤੀ ਸਿੱਖੀ ਤਾਂ ਜ਼ਰੂਰ ਹੋਏਗੀ ਅੰਦਰ,
ਮਤਲਬ ਇੰਨੀ ਵੀ ਕੀ ਜ਼ਮੀਰ ਵੇਖ ਗਈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ, ਸ਼ਰਾਬ ਵੇਚਣ ਵਾਲਿਆਂ ਦੇ ਲਈ ਮੈਂ ਦੋਸ਼ ਲਗਾਵਾਂਗਾ, ਦੇਣ ਵਾਲਿਆਂ ਦੇ ਦੋਸ਼ ਨਹੀਂ ਲਗਾਵਾਂਗਾ ਕਿਉਂਕਿ ਉਹਨਾਂ ਨੇ ਤਾਂ ਚੋਣ ਲੜੀ ਬੇਈਮਾਨੀ ਦੇ ਨਾਲ ਹੈ, ਪਰ ਜਿਹੜੇ ਲੈ ਰਹੇ ਨੇ ਸ਼ਰਾਬ, ਜਿਹੜੇ ਲੈ ਰਹੇ ਨੇ ਰਿਸ਼ਵਤ, ਕਿ ਉਹਨਾਂ ਦੀ ਜ਼ਮੀਰ ਵੀ ਮਰ ਗਈ ਕਿ ਤੁਸੀਂ ਉਹਨਾਂ ਦੀ ਜ਼ਮੀਰ ਨਹੀਂ ਜਗਾ ਸਕੇ, ਤੁਸੀਂ ਆਪਣਾ ਪ੍ਰਚਾਰ ਨਹੀਂ ਕਰ ਸਕੇ? ਕੀ ਕਾਰਨ ਬਣਿਆ ਸਰ? ਦੇਖੋ ਜੀ, ਇਹਦੇ ਵਿੱਚ ਇਤਨੇ ਹਾਲਾਤਾਂ ਦਾ ਸਾਨੂੰ ਨਹੀਂ ਸੀ ਪਤਾ ਵੀ ਕਿਤਨੇ ਭੈੜੇ ਤਰੀਕੇ ਨਾਲ ਵੰਡੀ ਜਾਏਗੀ, ਮਤਲਬ ਇੰਨਾ ਜ਼ਿਆਦਾ ਅੱਗੇ ਵਧ ਜਾਏਗਾ, ਇਤਨਾ ਜ਼ਿਆਦਾ ਅੱਗੇ ਵਧ ਜਾਏਗਾ, ਇਹ ਤੇ ਪਤਾ ਸੀ ਵੀ ਇਹ ਕਰਨਗੇ, ਪਰ ਇਤਨਾ ਕਰਨਗੇ ਇਹ ਨਹੀਂ ਸੀ ਪਤਾ ਜੀ। ਔਰ ਅਸੀਂ ਇਸ ਚੀਜ਼ ਨੂੰ ਅਸੀਂ ਥ੍ਰਸਟ ਮੰਨ ਕੇ ਸਿੱਖਾਂ ਨੂੰ ਅਪੀਲ ਕਰ ਰਹੇ ਹਾਂ ਜੀ, ਬਈ ਖੁਦਾ ਦੇ ਵਾਸਤੇ, ਰੱਬ ਦੇ ਵਾਸਤੇ, ਆਪਣੀਆਂ ਕਮ ਸੇ ਕਮ ਗੁਰਦੁਆਰੇ ਦੀਆਂ ਵੋਟਾਂ, ਪਰ ਇੱਕ ਬਾਦਲ ਨੇ ਨਾ ਪ੍ਰਚਲਿਤ ਕਰ ਦਿੱਤੀ ਹੈ, ਕੀ ਗੱਲ ਹੈ, ਅੱਜ ਪ੍ਰਚਲਿਤ ਕੀਤੀ ਹੈ, ਸ਼ੁਰੂ ਸ਼ੁਰੂ ਦੇ ਵਿੱਚ ਇਨ ਲੇਟ 60s ਇਹਨੇ ਭੁੱਕੀ ਦੇਣੀ ਸ਼ੁਰੂ ਕੀਤੀ ਇਲੈਕਸ਼ਨਾਂ ਦੇ ਵਿੱਚ, ਫਿਰ ਇਹਨਾਂ ਨੇ ਜਿਹੜੀਆਂ ਛੋਟੇ ਗਰੀਬ ਤਬਕੇ ਦੇ ਲੋਕ ਹੋਣੇ ਉਹਨਾਂ ਨੂੰ ਬੰਨ ਕੇ ਬਿਠਾ ਦੇਣਾ, ਫਿਰ ਉਹਨਾਂ ਨੂੰ 100 ਰੁਪਇਆ ਦੇ ਦੇਣਾ, ਉਹ ਵੱਧਦਾ ਵੱਧਦਾ ਪ੍ਰਚਲਿਤ ਫਿਰ ਇਹ ਹੋ ਗਿਆ। ਇਸ ਨੇ ਦਰ ਹਕੀਕਤ ਦੇ ਵਿੱਚ ਕੌਮ ਨੂੰ ਭਿਖਾਰੀ ਇਸ ਕਰਕੇ ਬਣਾਇਆ ਹੈ ਵੀ ਮੈਂ ਦਬ ਕੇ ਲੁੱਟਾਂ, ਦਬ ਕੇ ਕੁੱਟਾਂ, ਉਸ ਤੋਂ ਬਾਅਦ ਮੈਂ ਆਪਣੀ ਧਨ ਦੌਲਤ ਜਿਹੜੀ ਮੈਂ ਗਲਤ ਤਰੀਕੇ ਨਾਲ ਕਮਾਈ ਗਈ ਹੈ ਉਸ ਦਾ ਇਸਤੇਮਾਲ ਕਰਕੇ ਫਿਰ ਮੈਂ ਰਾਜ ਦਾ ਰਾਜ ਆਪਣੇ ਕੋਲ ਰੱਖਾਂ। ਔਰ ਇਹੀ ਗੱਲ ਹੈਗੀ ਵੀ ਇਸ ਨੇ ਸਾਰੀਆਂ ਕਮੇਟੀਆਂ ਜਿਹੜੀਆਂ ਜਿਹਦੀਆਂ ਸਾਰੀਆਂ ਕਮੇਟੀਆਂ ਹਿੰਦੁਸਤਾਨ ਦੀਆਂ ਇਸ ਨੇ ਕਬਜ਼ਾ ਕੀਤਾ। ਔਰ ਅੱਜ ਹਿੰਦੁਸਤਾਨ ਤੋਂ ਵਿਹਲਾ ਹੋ ਕੇ ਕੱਲ ਦੀਆਂ ਅਖਬਾਰਾਂ ਤੁਸੀਂ ਪੜਿਆ ਹੋਣਾ, ਅੱਜ ਅਮਰੀਕਾ ਜਾ ਕੇ ਇਹ ਵੀ ਬਿਆਨ ਦੇਣ ਲੱਗ ਪਏ ਜੀ ਅਸੀਂ ਹੁਣ ਪਾਕਿਸਤਾਨ ਦੇ ਗੁਰਦੁਆਰੇ ਜਿਹੜੇ ਨੇ ਉਹ ਆਜ਼ਾਦ ਕਰਾਵਾਂਗੇ ਜੀ ਔਕਾਤ ਬੋਰਡ ਤੋਂ। ਬਈ ਇਹ ਤੁਹਾਡੀ ਔਕਾਤ ਹੀ ਕੋਈ ਨਹੀਂ, ਤੁਹਾਡੀ ਤੋਫੀਕ ਹੀ ਕੋਈ ਨਹੀਂ, ਤੁਹਾਡੇ ਦੇ ਵਿੱਚ ਕਾਨੂੰਨ ਦੇ ਵਿੱਚ ਨਹੀਂ ਆਉਂਦਾ, ਉਹ ਇੱਕ ਸਾਰਨ ਕੰਟਰੀ ਹੈਗਾ, ਉਹਨਾਂ ਦੀ ਮਿਹਰਬਾਨੀ ਹੈਗੀ ਉਹਨਾਂ ਨੇ ਇੱਕ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ, ਉਹਨਾਂ ਦੀ ਮਿਹਰਬਾਨੀ ਹੈ, ਉਹਨਾਂ ਨੇ ਸਾਡਾ ਵਡਮੁੱਲਾ ਇਤਿਹਾਸ ਸੰਭਾਲਿਆ, ਸਾਡੇ ਗੁਰਦੁਆਰੇ ਸੰਭਾਲੇ, ਸਾਨੂੰ ਮੌਕਾ ਦਿੱਤਾ ਸੀ ਉਹਨਾਂ ਦੀ ਕਾਰ ਸੇਵਾ ਕੀਤੀ, ਨਨਕਾਣਾ ਸਾਹਿਬ ਦੀ ਕੀਤੀ, ਜਨਮ ਸਥਾਨ ਗੁਰੂ ਰਾਮਦਾਸ ਦੀ ਕੀਤੀ, ਹੁਣ ਡੇਰਾ ਸਾਹਿਬ ਦੀ ਦਿੱਤੀ। 15-20 ਦਿਨ ਪਹਿਲੇ ਤਾਂ ਡੇਰਾ ਸਾਹਿਬ ਦੀ ਕਾਰ ਸੇਵਾ ਮੰਗਣਗੇ, ਜੇ ਉਹਨਾਂ ਨੇ ਕਾਰ ਸੇਵਾ ਸਾਨੂੰ ਦਿੱਤੀ ਹੈ ਤੇ ਇਹਨਾਂ ਨੇ ਅਮਰੀਕਾ ਜਾ ਕੇ ਬਿਆਨ ਦਿੱਤਾ ਜੀ ਅਸੀਂ ਗੁਰਦੁਆਰੇ ਆਜ਼ਾਦ ਕਰਾਵਾਂਗੇ। ਮੈਂ ਕਹਿਣਾ ਚਾਹੁੰਦਾ ਵੀ ਗੁਰਦੁਆਰੇ ਆਜ਼ਾਦ ਤੇ ਤੁਹਾਡੇ ਕੋਲੋਂ ਕਰਾਉਣੇ ਚਾਹੀਦੇ ਨੇ ਜਿਹਨੇ ਮਸੰਦ ਬਣ ਕੇ ਗੁਰਦੁਆਰਿਆਂ ਤੇ ਮਾੜੇ ਕੰਮ ਕਰ ਰਹੇ ਹੋ, ਔਰ ਜਿਨ੍ਹਾਂ ਕਾਰਨਾਂ ਕਰਕੇ ਮਹੰਤ ਨਰਾਇਣੂ ਕੋਲੋਂ ਨਰਨਕਾਣਾ ਸਾਹਿਬ ਆਜ਼ਾਦ ਕਰਾਇਆ ਸੀ ਉਹ ਸਾਰੇ ਕੁਕਰਮ ਅੱਜ ਗੁਰਦੁਆਰਿਆਂ ਦੇ ਵਿੱਚ ਇਹ ਆਪ ਕਰਦੇ ਨੇ। ਇੱਕ ਗੱਲ ਬੜੀ ਸਪਸ਼ਟ ਸਰਨਾ ਸਾਹਿਬ, ਸ਼ਾਇਦ ਆਪ ਇਸ ਗੱਲ ਦਾ ਪਰਮਜੀਤ ਸਿੰਘ ਹੁਣੀ ਵੀ ਜਵਾਬ ਦੇਣਾ ਚਾਹੁੰਦੇ ਨੇ, ਪਰ ਇੱਕ ਗੱਲ ਆਪਾਂ ਪੂਰੀ ਤਰ੍ਹਾਂ ਨਾਲ ਮੈਂ ਆਪ ਜੀ ਨੂੰ ਦੱਸਦਾ ਚੱਲਾਂ, ਜਿਹਦੇ ਬਾਰੇ ਮੈਂ ਥੋੜ੍ਹੀ ਦੇਰ ਬਾਅਦ ਪ੍ਰਸ਼ਨ ਪੁੱਛਾਂਗਾ, ਦੋਨਾਂ ਹੀ ਸਰਦਾਰ ਪਰਮਜੀਤ ਸਿੰਘ ਕੋਲੋਂ ਵੀ ਸਰਦਾਰ ਹਰਵਿੰਦਰ ਸਿੰਘ ਕੋਲੋਂ ਵੀ। ਇੱਕ ਬੜੀ ਅੱਛੀ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਸੇ ਹੀ ਜੂਨ ਮਹੀਨੇ ਦੇ ਵਿੱਚ ਲਾਹੌਰ ਡੇਰਾ ਸਾਹਿਬ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦ ਹੋਏ ਸਨ, ਉਸ ਗੁਰਦੁਆਰਾ ਸਾਹਿਬ ਦੀ ਹਾਲਤ ਵੀ ਕਾਫੀ ਖਸਤਾ ਹੋ ਚੁੱਕੀ ਸੀ। ਬੜੀ ਇੱਕ ਅੱਛੀ ਗੱਲ ਹੈ ਕਿ ਉਹ ਸਰਨਾ ਭਰਾਵਾਂ ਨੂੰ, ਖੈਰ ਆਪਾਂ ਸਰਨਾ ਭਰਾਵਾਂ ਦਾ ਨਾਂ ਨਾ ਲਈਏ, ਉਹਨਾਂ ਦੇ ਥਰੂ ਸਾਰੀ ਸੰਗਤ ਨੂੰ, ਜਿਹੜੀ ਦਿੱਲੀ ਦੀ ਸੰਗਤ ਨੂੰ ਜਾਂ ਸਾਰੀ ਸਿੱਖ ਸੰਗਤ ਨੂੰ ਇਹ ਸੇਵਾ ਮਿਲੀ ਹੈ ਕਿ ਉੱਥੇ ਕਾਰ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਉਸ ਕਾਰ ਸੇਵਾ ਬਾਰੇ ਮੈਂ ਥੋੜੀ ਦੇਰ ਬਾਅਦ ਸਵਾਲ ਕਰਦਾ।